ਹੈਲੋ ਵਿਊਅਰਸ ਮੈਂ ਰਜਨੀ ਕੈਂਬਲ ਕੰਸਲਟੈਂਟ ਜਲੰਧਰ ਤੋਂ ਅੱਜ ਮੇਰੇ ਨਾਲ ਪੂਜਾ ਨੇ ਜਿਨ੍ਹਾਂ ਦਾ ਸ਼ੈਂਗਨ ਦੇ ਵਿੱਚ ਫੈਬ ਇਨਟੇਕ ਦੇ ਲਈ ਲਾਟਵੀਆ ਦਾ ਵੀਜ਼ਾ ਗ੍ਰਾਂਟ ਹੋਇਆ ਡਿਸਕਸ ਕਰਦੇ ਹਾਂ ਪੂਜਾ ਦੇ ਨਾਲ ਕੀ ਪ੍ਰੋਫਾਈਲ ਸੀਗੀ ਉਹਨਾਂ ਦੀ ਸ਼ੈਂਗਨ ਦੇ ਵਿੱਚ ਸਟੱਡੀ ਵੀਜ਼ਾ ਦੇ ਲਈ ਸਭ ਤੋਂ ਪਹਿਲਾਂ ਕੰਗ੍ਰੈਚੁਲੇਸ਼ਨ ਤੁਹਾਨੂੰ ਤੁਹਾਡੇ ਵੀਜ਼ੇ ਦੇ ਲਈ ਪੂਜਾ ਸਾਡੇ ਵਿਊਅਰਸ ਨੂੰ ਦੱਸੋ ਕੀ ਪ੍ਰੋਫਾਈਲ ਸੀਗੀ ਤੁਹਾਡੀ ਸ਼ੈਂਗਨ ਦੇ ਵਿੱਚ ਸਟੂਡੈਂਟ ਵੀਜ਼ਾ ਦੇ ਲਈ ਮੈਂ ਆਪਣੀ ਗ੍ਰੈਜੂਏਸ਼ਨ 2013 ਦੇ ਵਿੱਚ ਪਾਸ ਕੀਤੀ ਸੀ ਉਸ ਤੋਂ ਬਾਅਦ ਮੇਰਾ 4 ਤੋਂ 5 ਸਾਲ ਦਾ ਗੈਪ ਸੀਗਾ ਬਟ ਮੇਰੇ ਕੋਲ ਰੀਸੈਂਟਲੀ ਜਿਹੜਾ ਕਿ ਮੈਂ ਕੈਨਵਰਟ ਦੇ ਵਿੱਚ ਜੋਬ ਕੀਤੀ ਸੀ ਉਹ ਐਕਸਪੀਰੀਅੰਸ ਸੀਗਾ ਉਹ ਮੈਨੂੰ ਬਹੁਤ ਕੰਮ ਆਇਆ ਇਹਦੇ ਵਿੱਚ ਅਪਲਾਈ ਕਰਨ ਦੇ ਓਕੇ ਤੋ ਪੂਜਾ ਦੀ ਸ਼ੈਂਗਨ ਦੇ ਵਿੱਚ 4 ਤੋਂ 5 ਈਅਰਸ ਦਾ ਗੈਪ ਸੀਗਾ ਫਿਰ ਵੀ ਸ਼ੈਂਗਨ ਦੇ ਵਿੱਚ ਲਾਟਵੀਆ ਦਾ ਵੀਜ਼ਾ ਗ੍ਰਾਂਟ ਹੋਇਆ ਤੋ ਪੂਜਾ ਤੁਹਾਡਾ ਕਿਉਂ ਮਾਈਂਡ ਬਣਿਆ ਸ਼ੈਂਗਨ ਦੇ ਵਿੱਚ ਸਟੱਡੀ ਕਰਨ ਦਾ ਐਂਡ ਕਿਉਂ ਤੁਹਾਡੇ ਮਾਈਂਡ ਦੇ ਵਿੱਚ ਆਇਆ ਕਿ ਤੁਹਾਨੂੰ ਸ਼ੈਂਗਨ ਦੇ ਵਿੱਚ ਸਟੱਡੀ ਕਰਨ ਦੇ ਲਈ ਜਾਣਾ ਚਾਹੀਦਾ ਹੈ ਮੈਂ ਸਪਟੰਬਰ ਦੇ ਵਿੱਚ ਕੈਨਵਰਟ ਜੁਆਇਨ ਕੀਤਾ ਸੀ ਐਜ਼ ਅ ਏਮਪਲੋਈ ਬਟ ਉਸ ਟਾਈਮ ਉਹ ਮੇਰੇ ਵਿਲੇਜ ਦੀ ਹੀ ਇੱਕ ਲੜਕੀ ਸੀ ਜਿਸ ਦਾ ਵੀਜ਼ਾ ਗ੍ਰਾਂਟ ਹੋਇਆ ਸੀ ਕੈਨਵਰਟ ਤੋਂ ਤੇ ਜਦੋਂ ਉਹਨੇ ਵੀਜ਼ਾ ਜਦੋਂ ਦਾ ਵੀਜ਼ਾ ਗ੍ਰਾਂਟ ਹੋਇਆ ਉਸਦਾ ਵੀਜ਼ਾ ਆਉਣ ਤੋਂ ਬਾਅਦ ਮੈਂ ਜਦੋਂ ਡੇ ਬਾਈ ਡੇ ਦੇਖਦੀ ਸੀ ਕਿ ਰੋਜ਼ ਵੀਜ਼ੇ ਆਉਂਦੇ ਸੀਗੇ ਤਾਂ ਮੈਨੂੰ ਵੀ ਲੱਗਿਆ ਕਿ ਮੈਨੂੰ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੀਦਾ ਸੋ ਤੁਸੀਂ ਬੈਚਲਰ ਕੰਪਲੀਟ ਕੀਤੀ ਸੀ 2013 ਦੇ ਵਿੱਚ ਐਂਡ ਤੁਸੀਂ ਹੁਣ ਕਿਹੜੇ ਕੋਰਸ ਦੇ ਵਿੱਚ ਜਾ ਰਹੇ ਹੋ ਐਂਡ ਜਿਸ ਕੋਰਸ ਦੇ ਵਿੱਚ ਜਾ ਰਹੇ ਹੋ ਉਹਦੇ ਕੀ ਬੈਨੀਫਿਟਸ ਹੋਣਗੇ ਤੁਹਾਨੂੰ ਉਹ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਮੈਨੂੰ ਹੁਣ ਜਿਹੜਾ ਲਾਟਵੀਆ ਦੇ ਵਿੱਚ ਹੈ ਮੇਰੀ ਜਿਹੜੀ ਮਾਸਟਰ ਡਿਗਰੀ ਹੈਗੀ 2 ਸਾਲ ਦੀ ਉਹ ਕੰਪਿਊਟਰ ਸਾਇੰਸ ਦੇ ਵਿੱਚ ਮਿਲੀ ਹੈ ਠੀਕ ਹੈ ਉਹਦੇ ਮੈਨੂੰ ਇਹ ਅੱਗੇ ਜਾ ਕੇ ਬੈਨੀਫਿਟ ਹੋਣਗੇ ਕਿ ਮੈਂ ਅਗਰ ਚਾਹਵਾਂ ਤਾਂ ਇੰਡੀਆ ਦੇ ਵਿੱਚ ਵੀ ਜੋਬ ਕਰ ਸਕਦੀ ਹਾਂ ਅਗਰ ਮੈਂ ਚਾਹਵਾਂ ਤਾਂ ਉੱਥੇ ਵੀ ਜੋਬ ਕਰ ਸਕਦੀ ਹਾਂ ਓਕੇ ਸੋ ਪੂਜਾ ਜਿਨ ਕਈ ਵਾਰ ਆਪਣੇ ਆਫਿਸ ਦੇ ਵਿੱਚ ਵੀ ਗਰਲਸ ਆਉਂਦੀਆਂ ਹੈ ਕਿ ਸ਼ੈਂਗਨ ਦੇ ਵਿੱਚ ਉਹਨਾਂ ਦੇ ਕੋਈ ਰਿਲੇਟਿਵਸ ਨਹੀਂ ਹੈ ਜਾਂ ਉਹਨਾਂ ਦਾ ਕੋਈ ਫਰੈਂਡ ਸਰਕਲ ਨਹੀਂ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਐਜ਼ ਅ ਗਰਲ ਉਹਨਾਂ ਦੇ ਲਈ ਸਿਕਿਉਰ ਨਹੀਂ ਹੈ ਸ਼ੈਂਗਨ ਦੇ ਵਿੱਚ ਜਾਂ ਉਹਨਾਂ ਦੀ ਏਅਰਪੋਰਟ ਪਿਕਅਪ ਕਿਸ ਤਰ੍ਹਾਂ ਹੋਏਗੀ ਜਾਂ ਅਕੋਮੋਡੇਸ਼ਨ ਕਿਸ ਤਰ੍ਹਾਂ ਹੋਏਗੀ ਤੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੇਰੇ ਅਕੋਰਡਿੰਗ ਤਾਂ ਇਹ ਹੈ ਕਿਸੇ ਨੂੰ ਵੀ ਇਹ ਸੋਚਣ ਦੀ ਜ਼ਰੂਰਤ ਨਹੀਂ ਹੈਗੀ ਕਿ ਸਾਡਾ ਉੱਥੇ ਕੋਈ ਰਿਲੇਟਿਵ ਨਹੀਂ ਹੈਗਾ ਜਾਂ ਫਿਰ ਕੋਈ ਫਰੈਂਡ ਨਹੀਂ ਹੈਗਾ ਕਿਉਂਕਿ ਜਦੋਂ ਅਸੀਂ ਜਦੋਂ ਕੋਈ ਵੀ ਸਟੂਡੈਂਟ ਆਉਂਦਾ ਹੈ ਕੈਨਵਟ ਦੇ ਵਿੱਚ ਤਾਂ ਅੱਗੇ ਜਾ ਕੇ ਅਗਰ ਉੱਥੇ ਜਾ ਕੇ ਅਕੋਮੋਡੇਸ਼ਨ ਜਾਂ ਏਅਰਪੋਰਟ ਪਿਕਅਪ ਦੀ ਗੱਲ ਆਉਂਦੀ ਹੈ ਉਹ ਸਾਰਾ ਕੁਝ ਕੈਨਵਟ ਜਿਹੜਾ ਹੈ ਅਰੇਂਜ ਕਰਕੇ ਦਿੰਦਾ ਓਕੇ ਸੋ ਜਿਹਨਾਂ ਸਟੂਡੈਂਟਸ ਦੀ ਪ੍ਰੋਫਾਈਲ ਦੇ ਵਿੱਚ ਆਲਰੇਡੀ ਗੈਪ ਹੋ ਚੁੱਕਿਆ 4 ਤੋਂ 5 ਈਅਰਸ ਦਾ ਉਹਨਾਂ ਨੂੰ ਹੋਰ ਆਪਣੀ ਪ੍ਰੋਫਾਈਲ ਨੂੰ ਡਿਲੇ ਨਹੀਂ ਕਰਨਾ ਚਾਹੀਦਾ ਸ਼ੈਂਗਨ ਦੇ ਵਿੱਚ ਤੁਸੀਂ ਅੱਜ ਦੀ ਡੇਟ ਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ ਤੁਹਾਡੇ ਕੋਲ ਆਪਸ਼ਨਸ ਹੋਣਗੀਆਂ ਲਿਥੂਨੀਆ ਦੇ ਵਿੱਚ ਅਪਲਾਈ ਕਰਨ ਦੀ ਲਾਟਵੀਆ ਦੇ ਵਿੱਚ ਅਪਲਾਈ ਕਰਨ ਦੀ ਇਟਲੀ ਦੀ ਆਪਸ਼ਨ ਹੈਗੀ ਹੈ ਮਾਲਟਾ ਹੈਗੀ ਹੈ ਇਹਦੇ ਵਿੱਚ 4 ਤੋਂ 5 ਈਅਰਸ ਦਾ ਗੈਪ ਐਕਸੈਪਟੇਬਲ ਹੈਗਾ ਐਂਡ ਇਹਦੇ 'ਚ ਕੋਈ ਆਇਸ ਦੀ ਰਿਕੁਆਇਰਮੈਂਟ ਨਹੀਂ ਹੈ ਨਾ ਤੁਹਾਨੂੰ ਇਹਦੇ ਵਿੱਚ ਓਲਡ ਫੰਡ ਦੀ ਜ਼ਰੂਰਤ ਹੈ ਸੋ ਜਿਹਨਾਂ ਬੱਚਿਆਂ ਦੀ ਪ੍ਰੋਫਾਈਲ ਦੇ ਵਿੱਚ ਆਲਰੇਡੀ ਗੈਪ ਆ ਚੁੱਕਿਆ ਉਹਨਾਂ ਨੂੰ ਹੋਰ ਡਿਲੇ ਨਹੀਂ ਕਰਨਾ ਚਾਹੀਦਾ ਆਪਣੀ ਪ੍ਰੋਫਾਈਲ ਨੂੰ ਅੱਜ ਹੀ ਆਫਿਸ ਆ ਕੇ ਮਿਲੋ ਆਪਣੀ ਪ੍ਰੋਫਾਈਲ ਨੂੰ ਡਿਸਕਸ ਕਰਨ ਦੇ ਲਈ ਤਾਂ ਕਿ ਤੁਹਾਨੂੰ ਔਨ ਦਾ ਸਪੋਰਟ ਦੱਸਿਆ ਜਾਵੇ ਗਾਈਡ ਕੀਤਾ ਜਾਵੇ ਕਿ ਤੁਹਾਡੀ ਸ਼ੈਂਗਨ ਦੇ ਵਿੱਚ ਕਿੱਥੇ ਵੀਜ਼ਾ ਦੇ ਲਈ ਪੋਸੀਬਿਲਟੀ ਬਣਦੀ ਹੈ ਸੋ ਆਪਣੀ ਪ੍ਰੋਫਾਈਲ ਨੂੰ ਜ਼ਿਆਦਾ ਡਿਲੇ ਨਾ ਕਰਦੇ ਹੋਏ ਅੱਜ ਹੀ ਆਫਿਸ ਆ ਕੇ ਮਿਲੇ ਤਾਂ ਕਿ ਤੁਹਾਨੂੰ ਔਨ ਦਾ ਸਪੋਰਟ ਸਾਰੀ ਆਪਸ਼ਨ ਦਿੱਤੀ ਜਾਵੇ ਦੁਬਾਰਾ ਮਿਲਾਂਗੇ ਨਿਊ ਵੀਜ਼ਸ ਦੇ ਨਾਲ ਨਿਊ ਅਪਡੇਟਸ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ